ਇਹ ਬਾਕੀ ਜੀਵ ਜੰਤੂਆਂ ਨਾਲੋਂ ਜਿਹੜੀ ਵੱਖਰਤਾ ਹੈ ਉਹ ਉਸ ਦੀ ਗੱਲਬਾਤ ਕਰਨ ਦੀ ਯੋਗਤਾ ਹੈ। ਭਾਸ਼ਾ ਹੈ ਜਿਸ ਦੇ ਵਿਕਾਸ ਨਾਲ ਮਨੁੱਖ ਨੇ ਵਿਕਾਸ ਕੀਤਾ ਹੈ। ਜਿਉਂ ਜਿਉਂ ਮਨੁੱਖ ਦਾ ਵਿਕਾਸ ਹੁੰਦਾ ਗਿਆ ਤਿਉਂ ਤਿਉਂ ਉਸਦੀ ਭਾਸ਼ਾ ਵਿਕਸਿਤ ਹੁੰਦੀ ਗਈ ਅਤੇ ਜਿਉਂ ਜਿਉਂ ਉਹਦੀ ਭਾਸ਼ਾ ਵਿਕਸਿਤ ਹੁੰਦੀ ਗਈ ਤਿਉਂ ਤਿਉਂ ਉਸਦੀ ਸੋਚਣ ਦੀ ਸ਼ਕਤੀ ਜਿਹੜੀ ਸੀ ਵਧੀ ਗਈ ਅਤੇ ਜਿਉਂ ਜਿਉਂ ਮਨੁੱਖ ਦੀ ਗੱਲਬਾਤ ਕਰਨ ਦੀ ਯੋਗਤਾ ਵੱਧਦੀ ਹੈ ਤਿਉਂ ਤਿਉਂ ਉਸ ਦੀ ਜਾਣ ਪਛਾਣ ਦਾ ਘੇਰਾ ਵੱਡਾ ਹੁੰਦਾ ਜਾਂਦਾ ਹੈ। ਇਸ ਨਾਲ ਬਹੁਤ ਸਾਰੇ ਹੋਰ ਲੋਕ ਉਸਦੇ ਸੰਪਰਕ ਵਿੱਚ ਆਉਂਦੇ ਹਨ ਜਿਹੜੇ ਉਸ ਨਾਲ ਆਪਣੇ ਜੀਵਨ ਅਨੁਭਵ ਸਾਂਝੇ ਕਰਦੇ ਹਨ ਅਤੇ ਉਸ ਤੋਂ ਉਸਦੇ ਜੀਵਨ ਅਨੁਭਵ ਸੁਣਦੇ ਹਨ। ਇਸ ਨਾਲ ਸਾਡਾ ਅਨੁਭਵ ਕਰਨ ਦਾ, ਸੋਚਣ ਦਾ, ਮਹਿਸੂਸ ਕਰਨ ਦਾ, ਸਮਝਣ ਦਾ, ਸਮਝਾਉਣ ਦਾ ਦਾਇਰਾ ਵੱਡਾ ਹੁੰਦਾ। ਗੱਲਬਾਤ ਕਰਨੀ ਕਿਸੇ ਦੀ ਬੁੱਧੀ ਦੇ ਵਿਕਾਸ ਦਾ ਜਾਂ ਪੱਧਰ ਦਾ ਸਾਨੂੰ ਪਤਾ ਲੱਗਦਾ। ਕਿਸੇ ਨੇ ਕਿੰਨੇ ਮਰਜ਼ੀ ਚੰਗੇ ਕੱਪੜੇ ਪਾਏ ਹੋਣ, ਅਸੀਂ ਜਦੋਂ ਉਸ ਨਾਲ ਗੱਲਬਾਤ ਕਰਦੇ ਹਾਂ ਤਾਂ ਉਸਦੇ ਕੱਪੜੇ ਪਿੱਛੇ ਚਲੇ ਜਾਂਦੇ ਹਨ ਅਤੇ ਉਸਦਾ ਦਿਮਾਗ ਅੱਗੇ ਆ ਜਾਂਦਾ ਅਤੇ ਅਸੀਂ ਉਸ ਦੀ ਵੋਕੈਬਲਰੀ ਤੋਂ, ਉਸ ਦੀ ਸ਼ਬਦਾਵਲੀ ਤੋਂ, ਉਸ ਦੀ ਮਾਨਸਿਕ ਪੱਧਰ ਦਾ ਪਤਾ ਲਾਉਂਦੇ ਹਾਂ। ਗੱਲਬਾਤ ਤੋਂ ਪਤਾ ਲੱਗਦਾ ਇਹ ਮਨੁੱਖ ਪੇਂਡੂ ਹੈ ਕਿ ਸ਼ਹਿਰੀ ਹੈ, ਇਹ ਵਿਕਾਸਸ਼ੀਲ ਹੈ ਕਿ ਪਰੰਪਰਾਵਾਦੀ ਹੈ, ਇਹ ਪਰਿਵਰਤਨ ਦੇ ਪੱਖ ਵਿੱਚ ਹੈ ਜਾਂ ਜੋ ਕੋਈ ਚੱਲ ਰਿਹਾ ਹੈ ਉਸ ਨੂੰ ਉਵੇਂ ਹੀ ਰੱਖਣ ਦੇ ਹੱਕ ਵਿੱਚ ਹੈ, ਇਹ ਨਵੇਂ ਰਿਸ਼ਤੇ ਉਸਾਰਨ ਦੇ ਪੱਖ ਵਿੱਚ ਹੈ ਜਾਂ ਪਿਛਾਂ ਖਿੱਚੂ ਹੈ, ਜਾਂ ਇਹ ਸ਼ਰਮਾਕਲ ਹੈ ਜਾਂ ਇਹ ਖੁੱਲ੍ਹ ਦਿਲਾ ਹੈ। ਮਤਲਬ ਕਹਿਣ ਦਾ ਇਹ ਹੈ ਕਿ ਕਿਸੇ ਦੀ ਗੱਲਬਾਤ ਤੋਂ ਸਾਨੂੰ ਉਸ ਵਿਅਕਤੀ ਦੀ ਸ਼ਖਸੀਅਤ ਬਾਰੇ ਬਹੁਤ ਸਾਰੇ ਅੰਦਾਜ਼ੇ ਜਿਹੜੇ ਹਨ ਉਹ ਲੱਗ ਜਾਂਦੇ ਹਨ। ਇਸੇ ਵਾਸਤੇ ਤੁਸੀਂ ਵੇਖਿਆ ਹੋਣਾ ਜਦੋਂ ਰਿਸ਼ਤਾ ਹੋਣਾ ਹੁੰਦਾ ਤਾਂ ਦੋ ਅਜਨਬੀ ਪਰਿਵਾਰ ਜਿਹੜੇ ਹਨ ਉਹ ਕੁਝ ਚਿਰ ਵਾਸਤੇ ਇਕੱਠੇ ਬੈਠਦੇ ਹਨ ਅਤੇ ਉਹ ਇੱਕ ਦੂਜੇ ਨਾਲ ਗੱਲਬਾਤ ਕਰਕੇ ਉਸ ਤੋਂ ਬਾਅਦ ਉਸ ਗੱਲਬਾਤ ਦਾ ਮੁਲਾਂਕਣ ਕਰਦੇ ਹਨ ਇਹ ਜਾਣਨ ਵਾਸਤੇ ਕਿ ਉਹਨਾਂ ਨੇ ਇਹ ਜਿਹੜੀ ਗੱਲ ਕਹੀ ਇਹ ਸਿਆਣੀ ਗੱਲ ਸੀ ਜਾਂ ਇਹ ਜਿਹੜੀ ਗੱਲ ਕਹੀ ਇਹ ਮੌਕੇ ਦੇ ਅਨੁਸਾਰ ਨਹੀਂ ਸੀ, ਇਹ ਗੱਲ ਜਿਹੜੀ ਸੀ ਇਹ ਮੇਰੇ ਦਿਲ ਨੂੰ ਪਾ ਗਈ ਜਾਂ ਇਹ ਗੱਲ ਜਿਹੜੀ ਸੀ ਉਸ ਦੇ ਹਿਰਦੇ ਦੇ ਵਿੱਚੋਂ ਪੈਦਾ ਹੋਈ ਸੀ। ਇਸ ਢੰਗ ਦੇ ਨਾਲ ਅਸੀਂ ਭਾਸ਼ਾ ਦੇ ਰਾਹੀਂ ਜਾਂ ਗੱਲਬਾਤ ਦੇ ਰਾਹੀਂ ਕਿਸੇ ਦੀ ਪਰਸਨੈਲਿਟੀ ਨੂੰ ਮਾਪਦੇ ਤੋਲਦੇ ਹਾਂ ਅਤੇ ਫਿਰ ਨਿਰਣਾ ਕਰਦੇ ਹਾਂ ਕਿ ਕੀ ਇਸ ਰਿਸ਼ਤੇ ਨੂੰ ਅੱਗੇ ਵਧਾਉਣ ਦੀ ਲੋੜ ਹੈ ਜਾਂ ਇਸ ਨੂੰ ਇੱਥੇ ਹੀ ਰੱਖਣ ਦੀ ਲੋੜ ਹੈ, ਇਸ ਵਿਅਕਤੀ ਪ੍ਰਤੀ ਧਿਆਨ ਦੇਣ ਦੀ ਲੋੜ ਹੈ ਜਾਂ ਇਸ ਨੂੰ ਅੱਖੋਂ ਪਰੋਖੇ ਕਰਨ ਦੀ ਲੋੜ ਹੈ ਜਾਂ ਇਸ ਵੱਲ ਕੋਈ ਧਿਆਨ ਦੇਣ ਦੀ ਲੋੜ ਨਹੀਂ ਹੈ। ਇਸ ਕਿਸਮ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਹਨ ਇਹ ਸਾਡੀ ਗੱਲਬਾਤ ਦੇ ਹੁਨਰ ਦੇ ਵਿੱਚੋਂ ਪੈਦਾ ਹੁੰਦੀਆਂ ਹਨ। ਜੇਕਰ ਕਿਸੇ ਨੂੰ ਗੱਲਬਾਤ ਦਾ ਹੁਨਰ ਆਉਂਦਾ ਹੋਵੇ ਤਾਂ ਉਸ ਦੀ ਯੋਗਤਾ ਭਾਵੇਂ ਕੋਈ ਹੋਵੇ ਉਹ ਹਰ ਥਾਂ ਉੱਤੇ ਪ੍ਰਵਾਨ ਚੜ੍ਹਦਾ, ਉਸ ਨੂੰ ਸਾਰੇ ਸਵੀਕਾਰ ਕਰਦੇ ਹਨ, ਸੁਣਨਾ ਪਸੰਦ ਕਰਦੇ ਹਨ। ਇਸ ਕਰਕੇ ਗੱਲਾਂ ਬਾਤਾਂ ਕਰਨ ਦੀ ਯੋਗਤਾ ਪੈਦਾ ਕਰਨੀ ਚਾਹੀਦੀ ਹੈ ਅਤੇ ਗੱਲਬਾਤ ਕਰਦੇ ਸਮੇਂ ਕੋਈ ਹਲਕੀ ਗੱਲ ਨਹੀਂ ਕਹਿਣੀ ਚਾਹੀਦੀ, ਕੋਈ ਨੀਵੀਂ ਪੱਧਰ ਦੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ, ਕਿਸੇ ਬਾਰੇ ਕੋਈ ਫਤਵਾ ਨਹੀਂ ਦੇਣਾ ਚਾਹੀਦਾ। ਖਾਸ ਤੌਰ ਉੱਤੇ ਜਦੋਂ ਇਸਤਰੀਆਂ ਬਾਰੇ ਪੁਰਸ਼ ਗੱਲ ਕਰਨ ਤਾਂ ਉਸ ਵੇਲੇ ਉਹਨਾਂ ਨੂੰ ਇਸਤਰੀ ਦੀ ਇੱਜ਼ਤ, ਸਨਮਾਨ, ਮਾਣ ਸਤਿਕਾਰ ਜਿਹੜਾ ਹੈ ਉਹ ਆਪਣੀ ਗੱਲ ਦੇ ਵਿੱਚੋਂ ਝਲਕਾਉਣਾ ਚਾਹੀਦਾ, ਜੇ ਇਸ ਨਾਲ ਉਹ ਬੰਦਾ ਜਿਹੜਾ ਹੈ ਸਾਨੂੰ ਸਾਊ ਪ੍ਰਤੀਤ ਹੋਵੇਗਾ, ਸੱਭਿਅਕ ਪ੍ਰਤੀਤ ਹੋਵੇਗਾ, ਪੜ੍ਹਿਆ ਲਿਖਿਆ ਪ੍ਰਤੀਤ ਹੋਵੇਗਾ ਅਤੇ ਉਸ ਨਾਲ ਅਸੀਂ ਗੱਲਬਾਤ ਕਰਨੀ ਪਸੰਦ ਕਰਾਂਗੇ, ਉਸ ਨਾਲ ਅਸੀਂ ਦੋਸਤੀ ਜਾਂ ਕਿਸੇ ਨਾ ਕਿਸੇ ਪ੍ਰਕਾਰ ਦਾ ਰਿਸ਼ਤਾ ਜਿਹੜਾ ਹੈ ਉਹ ਬਣਾਈ ਰੱਖਣ ਦੇ ਹੱਕ ਵਿੱਚ ਹੋਵਾਂਗੇ। ਨਮਸਕਾਰ।